जी गिल वो ने भाई अमरीक सिंह जी 37 साल जिहड़े हो गए ने, पहला 47 तो 84 तक भी 37 साल बनते सन, तो हुण 84 तो अज भी 37 साल जिहड़े बनते ने, और सिख जिहड़ा है वह 47 तो लैके ਤੇ ਅੱਜ ਵੀ ਜਿਹੜਾ ਹੈ ਸਿੱਖਾਂ ਦੇ ਨਾਲ ਫਿਤਕਰੇ ਹੋ ਰਹੇ ਨੇ। ਸਿੱਖਾਂ ਦੇ ਨਾਲ ਹੀ ਨਹੀਂ, ਸੰਤਾਂ ਦੀ ਗੱਲ ਨਾ ਮੰਨਣ ਕਰਕੇ ਪੂਰੇ ਭਾਰਤ ਦੇ ਲੋਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਜੇ ਅਨੰਦਪੁਰ ਦੇ ਬੰਦੇ ਦੀ ਗੱਲ ਕਰੀਏ। ਹਾਂਜੀ ਦੇਖੋ ਬਿਲਕੁਲ ਸਹੀ ਗੱਲ ਆ ਕਿ ਜਿਹੜਾ 47 ਤੋਂ ਆਪਾਂ ਗੱਲ ਕਰਦੇ ਹਾਂ ਨਾ ਕਿ 47 ਤੋਂ 84 ਤੱਕ ਦਾ ਸਮਾਂ ਜਿਹੜਾ ਠੀਕ ਹੈ ਉਹਦਾ ਢੰਗ ਤਰੀਕਾ ਰੱਖ ਲਓ ਤੁਸੀਂ ਵੱਖਰਾ ਸੀਗਾ, ਲੇਕਿਨ ਤਕਰੀਬਨ ਜੇ ਤੁਸੀਂ ਉਹਨੂੰ ਮਤਲਬ ਬਰੀਕੀ ਨਾਲ ਦੇਖਦੇ ਆ ਨਾ ਹੁਣ ਜਦੋਂ ਆਪਾਂ ਇਹ ਸਾਰੀ ਗੱਲ ਨੂੰ ਤੇ ਉਹ ਤਕਰੀਬਨ 47 ਦੇ ਨਾਲ ਹੀ ਜਿਹੜਾ ਨਾ ਜਦੋਂ ਪ੍ਰਧਾਨ ਬਣਿਆ ਹੀ ਆ ਉਦੋਂ ਹੀ ਇਹ ਗੱਲ ਸ਼ੁਰੂ ਹੋ ਗਈ ਸੀ। ਹਾਂਜੀ ਉਹਨੂੰ ਬਰੀਕੀ ਨਾਲ ਦੇਖੋ ਨਾ ਉਦੋਂ ਹੀ ਗੱਲ ਹੋ ਗਈ ਸੀ, ਤਾਂ ਉਦੋਂ ਜਿਹੜੇ ਤਾਂ ਲੋਕ ਜਿਹੜੇ ਥੋੜ੍ਹੇ ਬਾਲੇ ਸੂਝ ਬਣ ਸਕੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਵੀ ਇਹ ਕਹਾਣੀ ਜਿਹੜੀ ਹੈ ਕਿ ਸਾਡੇ ਨਾਲ ਫਰਕ ਹੋ ਗਿਆ, ਪਰ ਜਿਹੜੇ ਲੋਕਾਂ ਨੂੰ ਇੱਦਾਂ ਹੁੰਦਾ ਵੀ ਕੁਰਸੀ ਆ ਉਹੋ ਹੀ ਬਿਮਾਰੀ ਉਦੋਂ ਸੀ ਉਹੋ ਹੀ ਹੁਣ ਸੀ, ਉਹਨਾਂ ਲੋਕਾਂ ਨੂੰ ਫਿਰ ਕੌਮ ਦੀ ਵਾਲੀ ਪਰਵਾਹ ਨਹੀਂ ਹੁੰਦੀ, ਉਹ ਕਹਿੰਦੇ ਵੀ ਸਾਨੂੰ ਤਾਂ ਇਹ ਸਾਨੂੰ ਤਾਂ ਹੁਣ ਮੁੱਖ ਮੰਤਰੀ ਬਣਾਉਂਦੇ ਸਾਨੂੰ ਮਿਨਿਸਟਰ ਬਣਾਉਂਦੇ ਆ ਤੇ ਸਾਨੂੰ ਦਮ ਕੋ ਜੀ ਕੁਝ ਕੰਦੀ ਪਵੇ ਜੀ ਬਿਲਕੁਲ। ਸਮਰਪਿਤ ਜਿਹੜਾ ਹੈ ਉਹ ਵਿਸ਼ਾਲ ਮਾਰਚ ਰੋਸ ਮਾਰਚ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਅਰਦਾਸ ਕਰਕੇ ਜਿਹੜਾ ਉਹ ਸ਼ੁਰੂ ਹੋਇਆ। ਹਾਂਜੀ ਪਰ ਕੌਮ ਨੇ ਬਹੁਤ ਭੁਗਤਿਆ, ਉਹਨਾਂ ਬੰਦੇ ਉਹਨਾਂ ਤਾਂ ਠੀਕ ਹੈ ਹੁਣ ਭੁਗਤੇ, ਪਰ ਕੌਮ ਨੂੰ ਤਾਂ ਇਸ ਮਤਲਬ ਜ਼ਿਲ੍ਹੇ 'ਚ ਛੱਡ ਦਿੱਤਾ ਜਿੱਥੋਂ ਕਿੰਨੇ ਹੁਣ 2-3 ਲੱਖ ਤਾਂ ਨੌਜਵਾਨ ਆਪਾਂ ਮਤਲਬ ਪਰਿਵਾਰ ਜਿਹੜੇ ਹੈਗੇ ਸ਼ਹੀਦ ਕਰਾ ਚੁੱਕੇ ਹਾਂ, ਹਾਲੇ ਪਤਾ ਨਹੀਂ ਕੋਈ ਅੰਤ ਨਹੀਂ ਦਾ ਮੋਹਰੇ, ਹਾਲੇ ਵੀ ਮੋਹਰੇ ਕੋਈ ਆਪਾਂ ਨੂੰ ਜੇ ਕਹੀਏ ਨਿਕਰ ਨਹੀਂ, ਕਿਉਂਕਿ ਹਾਲੇ ਵੀ ਉਹ ਲੋਕ ਜਿਹੜੇ ਆ ਉਹ ਆਪਾਂ ਪਰੇ ਕਰ ਥੋੜ੍ਹ ਸਕੇ ਹਾਂ, ਉਹ ਉਹਨਾਂ ਲੋਕਾਂ ਦੀਆਂ ਉਹਨਾਂ ਲੋਕਾਂ ਨੇ ਇੰਨੇ ਸਾਲਾਂ ਦੇ ਵਿੱਚ 37 ਸਾਲਾਂ ਦੇ ਵਿੱਚ ਇੰਨੀਆਂ ਜੜ੍ਹਾਂ ਆਪਣੀਆਂ ਲਾ ਲਈਆਂ, ਉਹਨਾਂ ਨੂੰ ਇੰਨਾ ਛੇਤੀ ਪੱਟਣਾ ਜਿਹੜਾ ਸਾਡੇ ਲਈ ਸੌਖਾ ਨਹੀਂ। ਠੀਕ ਹੈ ਬਾਹਰ ਵਿਦੇਸ਼ਾਂ 'ਚ ਆਪਾਂ ਮੂਵਮੈਂਟ ਜਿਹੜੀ ਹੈਗੀ ਆ ਜਿੰਦੀ ਰੱਖੀ ਹੋ ਆ ਮਰ ਦੀ ਕਿਰਪਾ, ਪਰ ਪੰਜਾਬ ਦੇ ਵਿੱਚ ਹਾਲੇ ਵੀ ਬਹੁਤ ਲੋੜ ਆ, ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਲੋਕ ਆ ਉਹ ਇਸ ਗੱਲ ਲਈ ਮੰਨਣ ਲਈ ਤਿਆਰ ਨਹੀਂ, ਜਾਂ ਉਹਨਾਂ ਨੂੰ ਸਤਾਵ ਢਿੱਲੇ ਜਾਂ ਕੁਛ ਵੀ ਆ, ਲੇਕਿਨ ਜਿੰਨਾ ਚਿਰ ਉੱਥੇ ਵੀ ਸਾਡੇ ਆਪਣੇ ਘਰ ਦੇ ਵਿੱਚ ਵੀ ਉੱਥੇ ਵੀ ਲੋਕ ਜਿਹੜੇ ਹੈਗੇ ਆ ਉਹ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਵੀ ਇਹ ਜਿਹੜਾ ਜੋ ਮਰਜ਼ੀ ਅਸੀਂ ਕਰੀ ਜਾਈਏ ਸਰਕਾਰ ਬਣਾ ਲਈਏ ਸਰਕਾਰ 'ਚ ਬਹੁਮਤ ਕਰਾ ਲਈਏ, ਜਿੰਨਾ ਚਿਰ ਉਹਨਾਂ ਦਾ ਜੋੜਾ ਤੁਹਾਡੇ ਸਿਰ 'ਤੇ ਆ ਨਾ ਉਹਨਾਂ ਚਿਰ ਸਿੱਖ ਕੌਮ ਪ੍ਰਫੁੱਲਿਤ ਨਹੀਂ ਹੋ ਸਕਦੀ। ਤੁਸੀਂ ਜੇ ਕਹੋ ਨਾ ਜੋ ਹੁਣ ਬੇਅਦਬੀਆਂ ਦੀ ਗੱਲ ਆ, ਬੇਅਦਬੀਆਂ ਹੋ ਹੀ ਜਾਣੀਆਂ ਕਿਉਂਕਿ ਉਹਨਾਂ ਨੇ ਸਿਸਟਮ ਤੁਹਾਡਾ ਬਣਾਇਆ ਇੱਦਾਂ ਦਾ, ਤੁਹਾਨੂੰ ਉਲਝਾ ਹੀ ਰੱਖਣਾ। ਇਸ ਕਰਕੇ ਮੇਰਾ ਵੀਰ ਜਿਹੜੀ 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 ਡੂੰਘੀ ਸੋਚ ਇਹੀ ਆ ਵੀ ਕੌਮ ਨੂੰ ਇੱਕ ਵਾਰੀ ਹੁਣ ਜੇ ਡੈਕਲਾਰੇਸ਼ਨ ਖਾਲਿਸਤਾਨ ਦਾ ਹੋਇਆ ਆ ਉਹਦੇ ਵੱਲ ਨੂੰ ਹੀ ਵਧਣਾ ਚਾਹੀਦਾ ਵੀ ਅਸੀਂ ਹੋਰ ਦੂਜੀਆਂ ਤਿੰਨੀਆਂ ਛੱਡ ਕੇ ਕੌਮੀ ਘਰ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ, ਇੱਕੋ ਇੱਕ ਗੁਜ਼ਾਰਾ ਹੈ ਆਪਣਾ ਵੀ ਕੌਮੀ ਘਰ ਦੀ ਸਿਰਜਣਾ, ਉਹ ਤੋਂ ਬਿਨਾਂ ਕੋਈ ਹੱਲ ਹੈ ਹੀ ਨਹੀਂ। ਤੇ ਠੀਕ ਆ ਆਪਾਂ ਹੋਰ ਕਈ ਵਾਰੀ ਛੋਟੇ ਛੋਟੇ ਪਰਾਜ ਜਿਹੜੇ ਹੈਗੇ ਕਰਦੇ ਸਮੇਂ ਦੇ ਨਾਲ, ਲੇਕਿਨ ਹੱਲ ਨਹੀਂ ਉਹ ਹੱਲ ਇੱਕੋ ਹੀ ਆ ਜਿਹੜਾ 86 ਦੇ ਵਿੱਚ ਆਪਾਂ ਡਿਕਲੇਰੇਸ਼ਨ ਕਰਤਾ ਵੀ ਕੌਮੀ ਘਰ ਚਾਹੀਦਾ, ਜੋ ਕੁਛ ਇਹਨਾਂ ਨੇ ਕੀਤਾ 84 ਦੇ ਵਿੱਚ ਜੋ ਕੀ ਕੀਤਾ ਨਵੰਬਰ ਦੇ ਵਿੱਚ ਉਹ ਇੱਕ ਸਪਸ਼ਟ ਆ ਕਲੀਅਰ ਰੂਪ ਦੇ ਵਿੱਚ ਵੀ ਕੌਮੀ ਤੌਰ 'ਤੇ ਇਹਦਾ ਕੋਈ ਹੋਰ ਹੱਲ ਨਹੀਂ।